ਪੰਜਾਬ ਦਾ ਸਭ ਤੋਂ ਜਿਹੜਾ ਸੰਜੀਦਾ ਮੁੱਦਾ ਹੈ ਉਹ ਹੈਗਾ ਵਾਤਾਵਰਨ ਕਿਉਂਕਿ ਜੇ ਹਵਾ ਗੰਦੀ ਹੋ ਚੁੱਕੀ ਹੈ ਸਾਡੀ ਪਾਣੀ ਧਰਤੀ ਹੀਟ ਦਾ ਸਾਡਾ ਬਹੁਤ ਜਿਹੜਾ ਲੈਵਲ ਆ ਉਹ ਡਾਊਨ ਚਲਾ ਗਿਆ ਸੋ ਇਸ ਕਰਕੇ ਇਹਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਵੱਧ ਤੋਂ ਵੱਧ ਜਿਹੜੇ ਬੂਟੇ ਆ ਇਹ ਦਰਖਤ ਲਗਾਉਣ ਦੀ ਲੋੜ ਹੈ ਜਿਦਾਂ ਆਪਾਂ ਸੋਸ਼ਲ ਮੀਡੀਆ ਤੇ ਰੋਜ਼ ਨਹੀਂ ਸੁਣਦੇ ਕਿ ਬੂਟੇ ਲਗਾਈਏ ਵਾਤਾਵਰਨ ਬਚਾਈਏ ਬੂਟੇ ਲਗਾਈਏ ਜੀਵਨ ਬਚਾਈਏ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਜਿਹੜੇ ਬੰਦੇ ਕੰਮ ਕਰ ਰਹੇ ਆ ਪਰ ਆ ਬੂਟੇ ਲਗਾ ਕੇ ਬੂਟਿਆਂ ਨੂੰ ਪਾਲਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਇਹਨਾਂ ਬੂਟਿਆਂ ਨੂੰ ਆਪਾਂ ਪੂਰੀ ਜੀ ਜਾਨ ਦੇ ਨਾਲ 2-3 ਸਾਲ ਲਗਾਤਾਰ ਸਫਾਈ ਕਰਨੀ ਦਵਾਈ ਦਾਰੂ ਕਰਨਾ ਤੇ ਤਾਂ ਕਰਕੇ ਅੱਜ ਇਹ ਬੂਟੇ ਜਿਹੜੇ ਆ ਬਿਲਕੁਲ ਮੇਰੇ ਖਿਆਲ ਨਾਲ ਤਿਆਰ ਆ ਗਰਮੀ ਇੰਨੀ ਕਿ ਚਮੜੀ ਵੀ ਸੜਦੀ ਹੈ ਪਰ ਜਿਸ ਪਿੰਡ ਦੇ ਵਿੱਚ ਬੈਠੇ ਆ ਇੱਥੇ 40 ਦੇ ਆਸ-પાસ ਟੈਂਪਰੇਚਰ ਹੈ ਜੇ ਠੰਡੀ ਹਵਾ ਦੀ ਗੱਲ ਕਰੀਏ ਜਿਸ ਦਰਖਤਾਂ ਥੱਲੇ ਅਸੀਂ ਬੈਠੇ ਆ ਮਿੱਟੀ ਔਰ ਠੰਡੀ ਹਵਾ ਆ ਪੂਰੇ ਪਿੰਡ ਦੇ ਵਿੱਚੋਂ ਤਰਫਾ ਤੁਸੀਂ ਹਰਿਆਲੀ ਹੀ ਹਰਿਆਲੀ ਦੇਖ ਸਕਦੇ ਹੋ ਔਰ ਇਹ ਜੋ ਹਜ਼ਾਰਾਂ ਲੱਗੇ ਆ ਇਸ ਦਾ ਸ਼ਰੇਹ ਜਾਂਦਾ ਹੈ ਇਸ ਦੀ ਧਰਤੀ ਤੋਂ ਮੁੜੇ ਬਲਜੀਤ ਸਿੰਘ ਬੰਗਵਾੜੀ ਪਿੰਡ ਮੁੜੇ ਆ ਕੇ ਟਿੱਕਾ ਮਿਥਿਆ ਟੀ ਟਿੱਚਾ ਮਿਥਿਆ ਗਲਬਤ ਕਰ ਲਾਂਗੇ ਕਿ ਪਿੰਡ ਦੇ ਵਿੱਚ ਵੜ ਜੀਏ ਤਾਂ ਸવાય ਹਰਿਆਲੀ ਤੋਂ ਕੁਝ ਨਜ਼ਰ ਨਹੀਂ ਆਉਂਦਾ ਸਾਡੇ ਨਾਲ ਬਲਜੀਤ ਸਿੰਘ ਵੀ ਮੌਜੂਦ ਆ ਬਲਜੀਤ ਜੀ ਵੈਸੇ ਤਾਂ 47 48 ਤੋਂ ਵੱਧ ਟੈਂਪਰੇਚਰ ਹੋ ਗਿਆ ਤੁਹਾਡੇ ਪਿੰਡ ਇੰਦੀ ਠੰਡੀ ਵਾਹ ਦਾ ਕਾਰਨ ਹਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਪਾਈ ਧੰਨਵਾਦ ਆ ਤੁਸੀਂ ਸਾਡੇ ਪਿੰਡ ਬੰਗਵਾਨੀ ਜ਼ਿਲ੍ਹਾ ਗਰਦਾਸਪੁਰ ਨੂੰ ਇੱਥੇ ਕਵਰ ਕਰਨ ਆਏ ਜੇ ਸੋ ਇਹ ਜਿਹੜੇ ਬੂਟੇ ਤੁਸੀਂ ਦੇਖ ਰਹੇ ਜੇ ਚਾਰ ਪੰਜ ਸਾਲ ਪਹਿਲਾਂ ਇਹ ਬੂਟੇ ਲਾਏ ਵੈਸੇ ਅਸੀਂ 10 12 ਸਾਲ ਤੋਂ ਕੰਮ ਸ਼ੁਰੂ ਕੀਤਾ ਦੂਸਰੀ ਸਾਈਡਾਂ ਤੇ ਜਿਹੜਾ ਬੂਟੇ ਲਗਾਉਣੇ ਸ਼ੁਰੂ ਕੀਤੇ ਸੀ ਸੋ ਅੱਜ ਦੀ ਗੱਲ ਕਰੀਏ ਤੇ ਪੰਜਾਬ ਦਾ ਸਭ ਤੋਂ ਜਿਹੜਾ ਸੰਜੀਦਾ ਮੁੱਦਾ ਹੈ ਉਹ ਹੈਗਾ ਵਾਤਾਵਰਨ ਕਿਉਂਕਿ ਜੇ ਹਵਾ ਗੰਦੀ ਹੋ ਚੁੱਕੀ ਹੈ ਸਾਡੀ ਪਾਣੀ ਤਰਤੀਹੇਟ ਦਾ ਸਾਡਾ ਬਹੁਤ ਜਿਹੜਾ ਲੈਵਲ ਆ ਉਹ ਡਾਊਨ ਚਲਾ ਗਿਆ ਸੋ ਇਸ ਕਰਕੇ ਇਹਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਵੱਧ ਤੋਂ ਵੱਧ ਜਿਹੜੇ ਬੂਟੇ ਆ ਇਹ ਦਰਖਤ ਲਗਾਉਣ ਦੀ ਲੋੜ ਆ ਜਿੱਦਾਂ ਆਪਾਂ ਸੋਸ਼ਲ ਮੀਡੀਆ ਤੇ ਰੋਜ਼ ਨਹੀਂ ਸੁਣਦੇ ਕਿ ਬੂਟੇ ਲਗਾਈਏ ਵਾਤਾਵਰਣ ਬਚਾਈਏ ਬੂਟੇ ਲਗਾਈਏ ਜੀਵਨ ਬਚਾਈਏ ਮੈਂ ਕਹਿੰਨਾ ਬਹੁਤ ਚੰਗੀ ਗੱਲ ਆ ਜਿਹੜੇ ਬੰਦੇ ਕੰਮ ਕਰ ਰਹੇ ਆ ਪਰ ਬੂਟੇ ਲਗਾ ਕੇ ਬੂਟਿਆਂ ਨੂੰ ਪਾਲਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਇਹਨਾਂ ਬੂਟਿਆਂ ਨੂੰ ਆਪਾਂ ਪੂਰੀ ਜੀ ਜਾਨ ਦੇ ਨਾਲ 2-3 ਸਾਲ ਲਗਾਤਾਰ ਸਫਾਈ ਕਰਨੀ ਦਵਾਈ دارو ਕਰਨਾ ਤੇ ਤਾਂ ਕਰਕੇ ਅੱਜ ਇਹ ਬੂਟੇ ਜਿਹੜੇ ਆ ਬਿਲਕੁਲ ਮੇਰੇ ਖਿਆਲ ਨਾਲ ਤਿਆਰ ਆ ਹੋਰ ਵੀ ਥੋੜੇ ਆਉਣ ਵਾਲੇ ਦਿਨਾਂ 'ਚ ਵੱਡੇ ਹੋ ਜਾਣਗੇ ਸੋ ਵਾਤਾਵਰਣ ਬਚਾਉਣ ਵਾਸਤੇ ਇਹ ਜਿਹੜੀ ਹਵਾ ਗੰਦੀ ਐ ਇਹਨੂੰ ਸਾਫ਼ ਕਰਨ ਵਾਸਤੇ ਪੋਲਿਊਸ਼ਨ ਨੂੰ ਖਤਮ ਕਰਨ ਵਾਸਤੇ ਸਭ ਤੋਂ ਵੱਡਾ ਜਿਹੜਾ ਆਲਟਰਨੇਟਿਵ ਹੈ ਹੀ ਬੂਟੇ ਆ ਸੋ ਇਸ ਕਰਕੇ ਸਾਡਾ ਟੈਂਪਰੇਚਰ ਵੀ ਇੱਥੇ ਤਾਪਮਾਨ ਬਾਕੀ ਜਗ੍ਹਾ ਤੋਂ ਵੇਖੋ ਘਾਟਾ ਕਦੋਂ ਦੇ ਆਪਾਂ ਬੈਠੇ ਆਂ ਪਰ ਆਪਾਂ ਨੂੰ ਪਸੀਨਾ ਨਹੀਂ ਆਇਆ ਇਸ ਕਰਕੇ ਕਿ ਇਹਨਾਂ ਬੂਟਿਆਂ ਦੇ ਕਾਰਨ ਹੀ ਜਿਹੜਾ ਤਾਪਮਾਨ ਇੱਥੇ ਜਿਹੜਾ ਉਹ ਘਟਿਆ ਵੇਖੋ ਅਸੀਂ ਜਦੋਂ ਕਿਤੇ ਬਾਹਰ ਅੰਦਰ ਵੀ ਜਾਂਦੇ ਆਂ ਕਾਰ ਤੇ ਜਾਂਦੇ ਆਂ ਮੋਟਰਸਾਈਕਲ ਤੇ ਜਾਂਦੇ ਤੇ ਸਭ ਤੋਂ ਪਹਿਲਾਂ ਬੰਦਾ ਇਹ ਸੋਚਦਾ ਕਿ ਮੈਂ ਆਪਣੀ ਕਾਰ ਜਿਹੜਾ ਵਹੀਕਲ ਆ ਉਹਨੂੰ ਕਿਦੇ ਛਾਵੇਂ ਲਾਵਾਂ ਧੁੱਪੇ ਨਹੀਂ ਲਗਾਏਗਾ ਪਰ ਉਹ ਬੰਦੇ ਦੇ ਮਨ 'ਚ ਇਹ ਨਹੀਂ ਗੱਲ ਆਉਂਦਾ ਪੀ ਇਹ ਜਿਹੜੀ ਸ਼ਾਂ ਵਾ ਇਹ ਆਉਣੀ ਕਿੱਥੋਂ ਆ ਇਹ ਜੇ ਬੂਟੇ ਲਗਾਵਾਂਗੇ ਤਾਂ ਫਿਰ ਇਹ ਸ਼ਾਂ ਆਵੇਗੀ ਫਿਰ ਦਰਖਤਾਂ ਦੇ ਥੱਲੇ ਆਪਣੀਆਂ ਕਾਰਾਂ ਵੀ ਲੱਗ ਜਾਣਗੀਆਂ ਬੂਟੇ ਵੀ ਅੱਜ ਵੀਡੀਓ ਹੁੰਦੀਆਂ ਨੇ ਪੰਜਾਬ 'ਚ 2-3 ਮੇਰੇ ਖਿਆਲ ਨਾਲ ਜ਼ਿਲ੍ਹਿਆਂ 'ਚ ਮੈਂ ਦੇਖਿਆ ਜਿੱਥੇ ਪਾਣੀ ਜਿਹੜਾ ਟੈਂਕਰਾਂ 'ਚ ਲਿਆ ਕੇ ਲੋਕਾਂ ਤੱਕ ਮਹੱਈਆ ਕਰਾਇਆ ਜਾ ਰਿਹਾ ਸੋ ਜੇ ਅੱਜ ਸਾਡੇ ਇੱਥੇ ਇਲਾਕੇ 'ਚ ਅਜੇ ਪਾਣੀ ਮੰਨ ਲਓ ਪ੍ਰਮਾਤਮਾ ਦੀ ਕਿਰਪਾ ਨਾਲ ਮਿਲ ਰਿਹਾ ਤੇ ਇਹਨੂੰ ਸੰਭਾਲਣ ਵਾਸਤੇ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਆ ਔਰ ਮੈਂ ਕਹਿੰਨਾ ਕਿ ਸਰਕਾਰ ਨੂੰ ਵੀ ਹਦਾਇਤਾਂ ਦੇਣੀਆਂ ਚਾਹੀਦੀਆਂ ਪੰਚਾਇਤਾਂ ਨੂੰ ਕਿਉਂਕਿ ਪੰਚਾਇਤਾਂ ਕੋ ਸੌਸ ਬਹੁਤ ਹੁੰਦੇ ਨੇ ਉਹਨਾਂ ਕੋ ਪੈਸੇ ਵੀ ਹੁੰਦੇ ਨੇ ਉਹਨਾਂ ਕੋ ਮਜ਼ਦੂਰ ਵੀ ਹੁੰਦੇ ਨੇ ਤੇ ਉਹ ਇਹ ਕੰਮ ਜਿਹੜਾ ਨਾ ਇਦਾਂ ਸਾਡੇ ਵਰਗੇ ਇੱਕ ਨਿਊਟਰਲ ਬੰਦਿਆਂ ਨਾਲੋਂ ਵੱਧ ਕਰ ਸਕਦੇ ਨੇ ਜੇ ਚਾਹਣ ਤੇ ਉਹਨਾਂ ਨੂੰ ਵੀ ਮੈਂ ਕਹਿੰਨਾ ਪੰਚਾਇਤਾਂ ਨੂੰ ਵੀ ਜਿਹੜਾ ਆਪਣਾ ਟੀਚਾ ਵਾ ਬੂਟਿਆਂ ਵੱਲ ਧਿਆਨ ਦੇਣਾ ਜਵੇਂ ਸ਼ਮਸ਼ਾਨ ਘਾਟਾਂ 'ਚ ਆਪਾਂ ਸੈਂਕੜੇ ਬੂਟੇ ਲਾ ਸਕਦੇ ਆ ਸਾਡੇ ਨਗਰ ਦੇ ਵਿੱਚ ਵੀ ਸਾਡੇ ਦੋ ਸ਼ਮਸ਼ਾਨ ਘਾਟੇ ਆ ਇੱਥੇ ਆ ਟੈਂਕੀ ਵਾਲੀ ਜਗ੍ਹਾ ਦੋ ਤਿੰਨ ਕਨਾਲਾ ਥਾਂ ਆ ਮੇਰਾ ਆਉਣ ਵਾਲਾ ਜਿਹੜਾ ਟੀਚਾ ਵਾ ਇਹ ਥਾਂ 'ਚ ਮਿੱਟੀ ਪਾ ਕੇ ਜਿਹੜੇ ਸ਼ਮਸ਼ਾਨ ਘਟਿਆ ਉੱਥੇ 100 100 2 200 ਬੂਟਾ ਆ ਗਰਾਊਂਡ ਆ ਜੀ ਇੱਕ ਦੋ ਕਿੱਲੇ ਆਂ ਦੀ ਹੁਣ ਛਡਵਾਈ ਆਏ ਇਹ ਪਲੇ ਗਰਾਊਂਡ ਬਣਾਣਾ ਬੱਚਿਆਂ ਦੇ ਖੇਡ ਦਾ ਮੈਦਾਨ ਬਣੇਗਾ ਸੋ ਇੱਥੇ ਵੀ ਸਾਡਾ ਜਿਹੜਾ ਟੀਚਾ ਕੋਈ 2 300 400 ਬੂਟਾ ਵਾਲੇ ਦਵਾਲੇ ਲੱਗੇਗਾ ਤੇ ਇਹਨੂੰ ਹੋਰ ਖੂਬਸੂਰਤ ਬਣਾਵਾਂਗੇ ਔਰ ਸਾਡੇ ਮਨ ਦਾ ਜਿਹੜੀ ਸੋਚ ਆ ਮਕਸਦ ਹੀ ਇਹ ਆ कि ਆਪਣੇ ਨਗਰ ਨੂੰ ਜਿੰਦੇ ਜੀ ਹਰਿਆ ਭਰਿਆ ਸਾਫ ਸੁਥਰਾ ਤੇ ਵਧੀਆ ਬਿਹਤਰੀ ਵਾਲਾ 30% ਹਰਿਆ ਭਰਿਆ ਹੋ ਗਿਆ ਤੇ ਕਿੰਨੇ ਰਹਿ ਗਿਆ ਅ ਮੈਂ ਸਮਝਣਾ ਵਾ ਜੇ ਸਹੀ ਮੇਰੇ ਖਿਆਲ ਨਾਲ ਅਜੇ ਜਿਹੜਾ ਕੋਈ 40% ਅਜੇ ਹਰਿਆ ਭਰਿਆ ਹੋਇਆ ਵਾ 60% ਅਜੇ ਹਰਿਆ ਭਰਿਆ ਹੋਣ ਦੀ ਹੋਰ ਲੋੜ ਆ ਨਹੀਂ 50 ਲਾ ਲਓ ਤੁਸੀਂ 50 ਲਾ ਲਓ ਤੇ 50% ਤੇ ਹੋਰ ਕੰਮ ਕਰਨ ਦੀ ਲੋੜ ਆ ਜੇ 50% ਵਿੱਚ ਤੁਸੀਂ ਆਪਣੇ ਪਿੰਡ ਦਾ ਵਾਤਾਵਰਣ ਜਾਂ ਹਵਾ ਸ਼ੁੱਧ ਕਰ ਲਈ ਜੇ 100% ਤੁਸੀਂ ਕਰ ਗਏ ਕੀ ਸਮਝੋ ਪਿੰਡ ਦਾ ਮਾਹੌਲ ਕੀ ਹੋਏਗਾ ਸਾਡਾ ਦੇ ਸੁਪਨਾ ਇਹ ਆ ਜੀ ਵਿਦੇਸ਼ਾਂ ਦੀ ਧਰਤੀ ਤੇ ਇੱਥੋਂ ਲੋਕ ਆਸਟ੍ਰੇਲੀਆ 20 20 30 30 ਲੱਖ ਲਾ ਕੇ ਬੱਚੇ ਜਾ ਰਹੇ ਆ ਮਿਹਨਤ ਮਜ਼ਦੂਰੀ ਵਾਸਤੇ ਕਰਨ ਵਾਸਤੇ ਆਪਣੀ ਤਰੱਕੀ ਵਾਸਤੇ ਤੇ ਮੇਰਾ ਸੁਪਨਾ ਇਹ ਆ ਪ੍ਰਮਾਤਮਾ ਨੇ ਜੇ ਜ਼ਿੰਦਗੀ ਦਾ 10 20 ਸਾਲ ਦਿੱਤੀ ਤੇ ਕੈਨੇਡਾ ਵਰਗਾ ਪਿੰਡ ਬਣਾ ਕੇ ਦੱਸਾਂਗੇ ਜਿਹੜਾ ਪਿੰਡ ਦੀ ਐਂਟਰੀ ਤੇ ਆਣ ਕੇ ਬੰਦਾ ਇਹ ਸੋਚਣ ਤੇ ਮਜਬੂਰ ਕਰਨਾ ਕਿ ਜਰਵਾਕਿਆ ਕਿੰਨੇ ਸਿਆਣੇ ਲੋਕ ਹੋਣਗੇ ਜਿਨ੍ਹਾਂ ਇੰਨਾ ਸਾਫ਼ ਸੁਥਰਾ ਤੇ ਹਰਿਆ ਭਰਿਆ ਪਿੰਡ ਬਣਾਇਆ ਆਪਣਾ ਇਹ ਸੋਚ ਹੈ ਸਾਡੀ ਸਵਾਲ ਇਹ ਆ ਕਿ ਲੋਕ ਤੇ ਵਿਦੇਸ਼ ਨੂੰ ਜਾਂਦੇ ਆ ਤੁਸੀਂ ਇੰਗਲੈਂਡ ਦੀ ਧਰਤੀ ਤੋਂ ਵਾਪਸ ਮੁੜਾਏ ਕੈਨੇਡਾ ਦਾ ਵੀ ਕਹਿੰਦੇ 5 ਸਾਲ ਦਾ ਵੀਜ਼ਾ ਲੱਗਾ ਬਿਲਕੁਲ ਜੀ ਮੇਰੇ ਕੋਲ ਦੋ ਜਿਹੜੇ ਹੈਵੀ ਟਰਾਲੇ ਦੇ ਦੋ ਲਾਇਸੈਂਸ ਆ ਮਸਕਟ ਦੁਬਈ ਦੇ ਤੇ ਕੈਨੇਡਾ ਦਾ 5 ਸਾਲ ਦਾ ਵੀਜ਼ਾ ਲੱਗਾ ਔਰ ਪਰ ਮੇਰੇ ਮਨ 'ਚ ਇਹ ਆ ਕੈਨੇਡਾ ਤਾਂ ਸਾਰੀ ਦੁਨੀਆ ਜਾ ਰਹੀ ਆ ਪਰ ਜੇ ਆਪਾਂ ਇੱਥੇ ਰਹਿ ਕੇ ਆਪਣੇ ਪਿੰਡ ਨੂੰ ਕੈਨੇਡਾ ਬਣਾ ਦਈਏ ਫਿਰ ਕਿੱਡੀ ਵੱਡੀ ਗੱਲ ਆ ਔਰ ਮੇਰੇ ਖਿਆਲ ਨਾਲ ਜਿੱਦਾਂ ਆਪਾਂ ਕਹਿੰਨੇ ਆ ਨਾ ਕਿ ਅੱਜ ਸਮਾਂ ਜਦੋਂ ਬੰਦਾ ਮਰ ਜਾਂਦਾ ਨਾ ਜੀ ਜਦੋਂ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਉਦੇ ਮਰਨ ਤੋਂ ਬਾਅਦ ਵੀ ਕੁਝ ਲੋਕ ਉਹਨੂੰ ਯਾਦ ਕਰਦੇ ਕਈ ਲੋਕ ਸਮਾਜ ਦੇ ਵਿੱਚ ਇਦਾਂ ਦੇ ਹੈਗੇ ਨੇ ਕੋਈ ਸਮਾਜ ਸੇਵੀ ਨੇ ਜਾਂ ਸਾਡਾ ਗੁਰ ਇਤਿਹਾਸ ਵੇਖੀਏ ਤਾਂ ਵੇਖੋ ਅੱਜ ਵੀ ਮੇਲੇ ਲੱਗਦੇ ਆ ਕਿੰਨੀਆਂ ਉਹਨਾਂ ਦੀਆਂ ਵੱਡੀਆਂ-ਵੱਡੀਆਂ ਸ਼ਤਾਬ ਦੀਆਂ ਸ਼ਹੀਦੀ ਦਿਨ ਮਨਾਏ ਜਾਂਦੇ ਉਹਨਾਂ ਨੇ ਕੁਝ ਸਮਾਜ ਲਈ ਕੀਤਾ ਤਾਂ ਤਾਂ ਮਨਾਉਂਦਾ ਨਹੀਂ ਤਾਂ ਲੋਕੀ ਆਪਣੇ ਪਿਓ ਨੂੰ 6 ਮਹੀਨਿਆਂ ਬਾਅਦ ਭੁੱਲ ਜਾਂਦੇ ਜਿੰਨੇ ਕੁਝ ਨਾ ਕੀਤਾ ਸੋ ਸਾਡਾ ਮਕਸਦ ਇਹ ਆ ਕਿ ਆਪਣੇ ਜਿੰਦੇ ਜੀ ਕੁਝ ਅਜਿਹੇ ਕਾਰਜ ਕਰੀਏ ਪਿੰਡ ਦੇ ਵਿੱਚ ਇਹ ਜਿੰਦੇ ਜੀ ਤਾਂ ਠੀਕ ਸਾਰਾ ਕੁਝ ਲੱਗਦਾ ਮਰਨ ਤੋਂ ਬਾਅਦ ਵੀ ਕੋਈ ਬੰਦਾ ਇਹ ਕਹਵੇ ਕਿ ਹਾਂ ਯਾਰ ਕੁਛ ਨਾ ਕੁਛ ਚੰਗਾ ਤੇ ਕੀਤਾ ਇਹਨਾਂ ਗਾਲਾਂ ਨਾ ਪੈਣ ਬਸ ਬੂਟਾ ਬਾਜ਼ਾਰੋਂ ਲਿਆ ਕੇ ਲਾ ਦੇਣਾ ਉਹਨੂੰ ਭੁੱਲ ਜਾਣਾ ਉਹ ਠੀਕ ਆ ਕਿ ਜਾਂ ਬੂਟੇ ਪਾਲਣਾ ਕਿੱਡਾ ਕੌਖਾ ਕੰਮ ਉਹ ਮੈਂ ਕਹਿੰਨਾ ਬਾਜ਼ਾਰੋਂ ਲਿਆ ਕੇ ਬੂਟਾ ਲਾ ਕੇ ਉਹਨੂੰ ਭੁੱਲ ਜਾਣਾ ਤੇ ਫਿਰ ਪੈਸੇ ਹੀ ਬਰਬਾਦ ਕਰਨ ਵਾਲੀ ਗੱਲ ਆ ਬੂਟਾ ਲਿਆਉਣ ਦਾ ਮਕਸਦ ਬੰਦੇ ਦਾ ਇਹ ਹੋਣਾ ਚਾਹੀਦਾ ਕਿ ਇਹ ਬੂਟਾ ਲੈ ਕੇ ਜਾਣਾ ਵਾ ਤੇ ਇਹਨੂੰ ਮੈਂ ਤਿਆਰ ਕਰਕੇ ਦੇ ਦੇ ਥੱਲੇ 10-20 ਜੀਬਾ ਲੈਣੇ ਆ ਇੱਕ ਦਿਨ ਜਿੱਦਣ ਸ਼ਾਂ ਤਿਆਰ ਕਰਦੀ ਜਿੱਦਾਂ ਆ ਜਾੜਿਆ ਬਜ਼ੁਰਗ ਬੈਠੇ ਹੈ ਹੈਨਾ ਜੀ ਇਹ ਕਹਿ ਸਕਦੇ ਆ ਇਸ ਚੀਜ਼ ਨੂੰ ਕਿ ਵਾਕਿਆ ਬੂਟੇ ਲਾਏ ਵੀ ਤੇ ਸੰਭਾਲੇ ਵੀ ਤਿਆਰ ਵੀ ਕੀਤੇ ਤੇ ਅੱਜ ਸ਼ਾਂ ਦਾ ਆਨੰਦ ਮਾਣ ਰਹੇ ਮੈਂ ਕਹਿੰਦਾ ਦੋ ਤਿੰਨ ਸਾਲਾਂ ਨੂੰ ਇੱਥੇ ਮੇਲਾ ਲਗਿਆ ਕਰਨਾ ਜੀ ਗਰਮੀਆਂ 'ਚ ਜ਼ਿਆਦਾਤਰ ਲੋਕ ਇੱਥੇ ਥੱਲੇ ਬੈਠ ਕੇ ਰੈਸਟ ਕਰਿਆ ਕਰਨਗੇ ਜਿਸ ਤਰੀਕੇ ਦਾ ਤੁਹਾਡੇ ਪਿੰਡ ਦੇ ਵਿੱਚ ਸੰਗਣੀ ਸ਼ਾਮ ਆ ਬਹੁਤ ਥਾਵਾਂ ਤੇ ਜਿਸ ਤਰ੍ਹਾਂ ਆਹੋ ਬਹੁਤ ਠੰਡੀ ਹਵਾ ਆ ਰਹੀ ਹੈ ਫਿਲਟਰ ਹੋ ਕੇ ਕੈਦੀ ਹਵਾ ਆ ਰਹੀ ਹੈ ਪੰਛੀਆਂ ਦਾ ਫਰਕ ਪਿਆ ਪੰਛੀਆਂ ਦਾ ਦੇਖਿਆ ਤੁਸੀਂ ਬਹੁਤ ਜਗ੍ਹਾ ਮੈਂ ਉਹਨਾਂ ਦਾ ਵਿਰੋਧ ਨਹੀਂ ਕਰਦਾ ਉਹ ਗੱਲ ਦਾ ਪਰ ਵੇਖਿਆ ਕਿ ਆਰਟੀਫੀਸ਼ੀਅਲ ਆਲਣੇ ਬਣਾਏ ਜਾਂਦੇ ਆ ਤੇ ਜੇਕਰ ਅਸੀਂ ਦਰਖਤੀ ਇਹਨੇ ਜਿਆਦਾ ਲਾ ਦਾਂਗੇ ਤੇ ਆਰਟੀਫੀਸ਼ੀਅਲ ਆਲਣਿਆਂ ਦੀ ਤੇ ਲੋੜ ਹੀ ਨਹੀਂ ਉਹਨਾਂ ਦਾ ਭੋਜਨ ਵੀ ਇੱਥੇ ਹੈਗਾ ਤੇ ਆਲਣਾ ਵੀ ਥਾਂ ਸ਼ਾਂ ਵਾਲਾ ਠੰਡਾ ਬਣ ਸਕਦਾ ਇਹ ਤੁਹਾਡੇ ਪਿੰਡ ਪੰਛੀ ਪੰਛੀ ਆਏ ਆ ਬਹੁਤ ਪੰਛੀਆਂ ਦੇ ਇੱਥੇ ਤੁਸੀਂ ਇਹਨਾਂ ਦੇ ਵਿੱਚ ਵੇਖ ਲਓ ਆਲਣੇ ਬਹੁਤ ਬਣਾਏ ਆ ਚਿੜੀਆਂ ਆਈਆਂ ਨੇ ਔਰ ਸਾਨੂੰ ਇਹ ਮਹਿਸੂਸ ਹੁੰਦਾ ਕਿ ਜੇ ਅਸੀਂ ਹੋਰ ਸੈਂਕੜੇ ਮੰਨ ਲਓ ਵੀ ਦਰਖਤ ਹੋਰ ਲਾਉਨੇ ਆ ਤੇ ਬਹੁਤ ਜਿਹੜੀਆਂ ਪ੍ਰਜਾਤੀਆਂ ਜਿਹੜੀਆਂ ਗੋਮ ਹੋ ਗਈਆਂ ਉਹ ਦੁਬਾਰਾ ਆਉਣਗੀਆਂ ਇੱਥੇ ਤੇ ਕਈ ਜਗ੍ਹਾ ਇਦਾਂ ਹੋਇਆ ਵੀ ਆ ਜਿੱਥੇ ਪਹਿਲਾਂ ਦਰਖਤ ਨਹੀਂ ਸੀ ਜਿਵੇਂ ਸਾਡੇ ਪਿੰਡ ਹੀ ਆ ਅੱਜ ਦਰਖਤ ਲੱਗੇ ਆ ਤੇ ਪੰਛੀਆਂ ਨੇ ਉੱਪਰ ਆਲਣੇ ਬਹੁਤ ਬਣਾਏ ਆਪਣਾ ਆਨੰਦ ਜੀਵਨ ਮਨ ਕਿੰਨਾ ਮਨ ਚ ਖੁਸ਼ੀ ਜਾਂ ਸ਼ਾਂਤੀ ਹੁੰਦੀ ਆ ਖੁਦ ਇਹ ਸਾਰਾ ਮਾਹੌਲ ਵੇਖ ਕੇ ਮੈਂ ਕਹਿੰਦਾ ਜੀ ਜਦੋਂ ਐਸ ਸਾਈਡ ਤੋਂ ਆਈਦਾ ਨਾ ਕਈ ਰੀ ਸ਼ਾਮ ਨੂੰ ਸਵੇਰੇ ਜਾਂ ਕਾਰ ਤੇ ਜਾਂ ਮੋਟਰਸਾਈਕਲ ਤੇ ਜਦੋਂ ਵੀ ਆਈਦਾ ਤੇ ਜੇ ਕੋਈ ਛਾਵੇਂ ਬੈਠਾ ਹੁੰਦਾ ਨਾ ਤੇ ਜਦੋਂ ਆ ਮੀਮਾ ਪਿਆ ਹੁਣ ਬੜੇ ਹਰੇ ਹੋਏ ਆ ਬੂਟੇ ਤੇ ਮਨ ਨੂੰ ਇੱਕ ਤਸੱਲੀ ਹੁੰਦੀ ਆ ਕਈ ਬੰਦਾ ਇਹ ਠੀਕ ਆ ਕਿ ਘਰ ਵਾਸਤੇ ਸ਼ਾਇਦ ਪੈਸਾ ਨਹੀਂ ਕਮਾਉਂਦੇ ਮਿਹਨਤ ਘਰ ਵਾਸਤੇ ਨਹੀਂ ਕਰਦੇ ਕਿ ਰੋਜੀ ਰੋਟੀ ਵਾਸਤੇ ਬਹੁਤਾ ਪੈਸਾ ਨਹੀਂ ਕਮਾਉਂਦੇ ਪਰ ਇੰਨਾ ਕ ਹੈ ਕਿ ਜੋ ਲੱਗਦਾ ਕਿ ਆ ਜਿਹੜੀ ਕਮਾਈ ਆ ਨਾ ਇਹ ਪਰਮਾਤਮਾ ਨੇ ਕਬੂਲ ਕਰਨੀ ਆ ਕਿ ਨਹੀਂ ਇਹ ਵੀ ਕਮਾਈ ਜਿਹੜੀ ਸਭ ਤੋਂ ਵੱਡੀ ਕਮਾਈ ਮੈਂ ਮੰਨਦਾ ਤੇ ਮੈਂ ਕਹਿੰਨਾ ਜਿੰਨਾ ਬੰਦਿਆਂ ਕੋ ਸਾਧਨ ਨੇ ਜਿੰਨਾ ਕੋ ਪੈਸਾ ਵਾ ਜਿੰਨਾ ਕੋ ਮੰਨ ਲਓ ਅ ਜਿੰਦਗੀ ਚ ਸਮਾਜ ਚ ਚੱਲਣ ਵਾਸਤੇ ਖੁੱਲਾ ਪੈਸਾ ਵਾ ਉਹਨਾਂ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਉਹ ਬੰਦੇ ਜੇ ਥੋੜਾ ਜਿਹਾ ਟਾਈਮ ਥੋੜਾ ਜਿਹਾ ਪੈਸਾ ਲਾਉਣਗੇ ਤੇ ਸਾਡਾ ਪੰਜਾਬ ਜਿਹੜਾ ਹਰਿਆ ਭਰਿਆ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਆਪਣੇ ਵਿਆਹਾਂ ਦੇ ਵਿੱਚ ਆਪਣੇ ਬੰਦੇ ਜਿਹੜੇ ਨੇ ਆ 5 5 30 30 40 40 ਲੱਖ ਰੁਪਈਆ ਵਿਆਹ ਤੇ ਲਾਉਂਦੇ ਆ ਔਰ ਇਹੋ ਜੇ ਜਤਨ ਵਾਸਤੇ ਤੇ 1000 ਰੁਪਿਆ ਕੱਢਣਾ ਵੀ ਕਈਆਂ ਬੰਦਿਆਂ ਲਈ ਬੜਾ ਮੁਸ਼ਕਲ ਹੋ ਜਾਂਦਾ ਉਹ ਸੋਚਦੇ ਆ ਆਪਣੇ ਕੋਲੋਂ ਲਿਆਉਣ ਆਪਣੇ ਕੋਲੋਂ ਲਾਉਣ ਤੇ ਆਪੇ ਤਿਆਰ ਕਰਨ ਤੇ ਅਸੀਂ ਇੰਨੀ ਕ ਗੱਲ ਕਹਿ ਸਕਦੇ ਆ ਵੀ ਚਲੋ ਠੀਕ ਆ ਪਰ ਮੈਂ ਫਿਰ ਵੀ ਆਨਾ ਜਿਹੜਾ ਕੋਈ ਬੰਦਾ ਮੰਨਣਾ ਵੀ ਸੇਵਾ ਕਰ ਦਿੰਦਾ ਨਾ ਇੱਕ ਤਨ ਨਾ ਹੁੰਦੀ ਇੱਕ ਮੰਨਣਾ ਕਿ ਧਨ ਨਾ ਜੇ ਤਨ ਨਾ ਨਹੀਂ ਕਰਦਾ ਧਨ ਨਾ ਵੀ ਨਹੀਂ ਕਰਦਾ ਪਰ ਜੇ ਮੰਨਣਾ ਵੀ ਅਪਰੀਸ਼ੀਏਟ ਕਰ ਦੇ ਤੇ ਬੰਦੇ ਨੂੰ ਖੁਸ਼ੀ ਹੁੰਦੀ ਬਲਜੀਤ ਸਿੰਘ ਬਾਗੋਆਣੀ ਨੇ ਜੇ ਇਹਨਾਂ ਦੇ ਉਪਰਾਲੇ ਦੀ ਗੱਲ ਕੀਤੀ ਜਾਵੇ ਤਾਂ ਚੋ ਤਰਫਾ ਹੀ ਪਿੰਡ ਦਾ ਔਰ ਪਿੰਡ ਦੇ ਸੈਂਟਰ ਦੇ ਵਿੱਚ ਹਜ਼ਾਰਾਂ ਹੀ ਬੂਟੇ ਲਾਏ ਕੱਲੇ ਲਾਏ ਨਹੀਂ ਪਾਲੇ ਵੀ ਜਿਸ ਸਥਾਨ ਤੇ ਅਸੀਂ ਬੈਠੇ ਆ ਇੱਥੇ ਏਸੀ ਨਾਲੋਂ ਵੀ ਵਧੀਆ ਹਵਾ ਆ ਰਹੀ ਆ ਇਸ ਤੋਂ ਇਲਾਵਾ ਤਾਪਮਾਨ ਇੱਥੇ ਦਾ ਬਹੁਤ ਵਧੀਆ ਆ ਆਮ ਜਿੱਥੇ 47 48 ਤੇ 40 ਦੇ ਆਸ-ਪਾਸ ਆ ਦੂਸਰੇ ਪਾਸੇ ਕਹਿੰਦੇ ਨੇ ਕਿ ਵਿਦੇਸ਼ ਜਾਣ ਲਈ ਲੋਕ ਤਰਲੇ ਲੈਂਦੇ ਨੇ ਲੱਖਾਂ ਰੁਪਏ ਚੁੱਕੇ ਫਿਰਦੇ ਨੇ ਪਰ ਇੰਗਲੈਂਡ ਦੀ ਧਰਤੀ ਤੋਂ ਵਾਪਸ ਮੁੜੇ ਨੇ ਔਰ ਕੈਨੇਡਾ ਦਾ 5 ਸਾਲ ਦਾ ਵੀਜ਼ਾ ਲੱਗਾ ਕਹਿੰਦੇ ਵੀ ਦੇਸ਼ ਜਾਣ ਦੀ بجائے ਪਿੰਡ ਰਹਿਣਾ ਪਿੰਡ ਦੀ ਸੇਵਾ ਕਰਨੀ ਤੇ ਵਾਤਾਵਰਨ ਨੂੰ ਸ਼ੁੱਧ ਕਰਨਾ